ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਲੱਚਰ ਗਾਇਕੀ ਨੂੰ ਲੈ ਕੇ ਬਹੁਤ ਸਾਰੀਆਂ ਜਥੇਬੰਦੀਆਂ, ਬਹੁਤ ਸਾਰੇ ਸਿੰਘ ਸਾਹਮਣੇ ਆਏ ਜਿਨ੍ਹਾਂ ਨੇ ਆਪਣੇ ਅਜਿਹੇ ਸਿੱਖ ਬੈਂਡ ਸਟੈਬਲਿਸ਼ ਕੀਤੇ ਜੋ ਸਿਰਫ ਤੇ ਸਿਰਫ ਲੱਚਰਤਾ ਤੋਂ ਦੂਰ ਅਤੇ ਧਾਰਮਿਕ ਗਾਇਕੀ ਦੇ ਨਾਲ ਹੀ ਲੋਕਾਂ ਨੂੰ ਸਿੱਖ ਸੰਗਤ ਨੂੰ ਜੋੜਦੇ ਸਨ ਤੇ ਅੱਜ ਤੱਕ ਜੋੜਦੇ ਆ ਰਹੇ ਨੇ। ਪਰ ਅੱਜ ਵੀ ਬਹੁਤ ਸਾਰੇ ਅਜਿਹੇ ਪੰਜਾਬੀ ਗਾਇਕ ਹੈ ਨੇ ਜੋ ਆਪਣੇ ਗਾਣਿਆਂ ਦੇ ਵਿੱਚ ਚਾਹੇ ਹਥਿਆਰ ਹੋ ਜਾਣ, ਨਸ਼ਾ ਹੋ ਜਾਵੇ ਜਾਂ ਲੱਚਰਤਾ ਹੋ ਜਾਵੇ, ਹਰ ਚੀਜ਼ ਨੂੰ ਬੋਲਾਂ ਰਾਹੀਂ ਅਤੇ ਵੀਡੀਓਜ਼ ਰਾਹੀਂ ਠੂਸ ਠੂਸ ਕੇ ਨੌਜਵਾਨ ਪੀੜ੍ਹੀ ਅੱਗੇ ਤਰਦੇ ਨੇ, ਜਿਸ ਤੋਂ ਨੌਜਵਾਨ ਪੀੜ੍ਹੀ ਚੰਗੀ ਸਿਹਤ ਤਾਂ ਕੁਝ ਨਹੀਂ ਲੈਂਦੀ ਪਰ ਹਾਂ ਮਾੜੀਆਂ ਵਾਤੀਆਂ ਬਹੁਤ ਸਿੱਖਦੀ ਹੈ। ਜਿਸ ਦੇ ਚੱਲਦਿਆਂ ਪੰਜਾਬ ਦੇ ਵਿੱਚ ਇੱਕ ਲਹਿਰ ਵੀ ਚੱਲੀ ਅਤੇ ਪੰਜਾਬ ਪੁਲਿਸ ਨੇ ਆਪ ਇਨੀਸ਼ੀਏਟਿਵ ਲੈਂਦੇ ਹੋਏ ਪੰਜਾਬੀ ਗਾਇਕਾਂ ਅਤੇ ਲੇਖਕਾਂ ਦੇ ਘਰ ਜਾ ਕੇ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਉਹ ਹਥਿਆਰਾਂ ਵਾਲੇ, ਨਸ਼ਿਆਂ ਵਾਲੇ ਗਾਣੇ ਨਾ ਗਾਉਣ, ਚੰਗਾ ਲਿਖਣ, ਚੰਗਾ ਗਾਉਣ ਅਤੇ ਚੰਗਾ ਹੀ ਫਿਲਮਾਉਣ ਤਾਂ ਜੋ ਸਾਡੀ ਜਵਾਨ ਪੀੜ੍ਹੀ ਵਰਗਲਾਈ ਨਾ ਜਾ ਸਕੇ। ਪਰ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਉੱਘੇ ਗਾਇਕਾਂ ਦੀ ਤਾਂ ਉੱਘੇ ਗਾਇਕ ਵੀ ਇੱਕ ਦੂਜੇ ਨੂੰ ਨਿਸ਼ਾਨੇ 'ਤੇ ਲੈਣ ਤੋਂ ਪਿੱਛੇ ਨਹੀਂ ਹਟਦੇ। ਹਾਲ ਹੀ ਦੇ ਵਿੱਚ ਇੱਕ ਫੰਕਸ਼ਨ ਦੌਰਾਨ ਹਰਭਜਨ ਮਾਨ ਨੇ ਗੁਰਦਾਸ ਮਾਨ ਨੂੰ ਲਿੱਤਾ ਨਿਸ਼ਾਨੇ 'ਤੇ। ਗੁਰਦਾਸ ਮਾਨ ਜੀ ਨੇ ਬਹੁਤ ਸਮਾਂ ਪਹਿਲਾਂ ਇੱਕ ਗਾਣਾ ਗਾਇਆ ਸੀ, ਆਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ, ਤੁਸੀਂ ਬਾਖੂਬੀ ਸੁਣਿਆ ਵੀ ਹੋਵੇਗਾ। ਅਤੇ ਇਸੇ ਗਾਣੇ ਨੂੰ ਬਦਲ ਕੇ, ਇਸ ਦੇ ਬੋਲ ਬਦਲ ਕੇ ਹਰਭਜਨ ਮਾਨ ਨੇ ਸਟੇਜ ਉੱਤੇ ਇਹ ਕਹਿੰਦੇ ਹੋਏ ਪ੍ਰਜੈਂਟ ਕੀਤਾ ਕਿ ਪੰਜਾਬ ਸਾਨੂੰ ਉੱਦਾਂ ਦਾ ਨਹੀਂ ਚਾਹੀਦਾ, ਸਾਨੂੰ ਪੰਜਾਬ ਇੱਦਾਂ ਦਾ ਚਾਹੀਦਾ ਹੈ, ਆਪਣਾ ਪੰਜਾਬ ਹੋਵੇ ਹੱਥ 'ਚ ਕਿਤਾਬ ਹੋਵੇ। ਇੱਕ ਪੰਜਾਬ ਦੀ ਬਹੁਤ ਬਾਕਮਾਲ ਕਲਮ ਹੈ, ਮੈਨੂੰ ਉਹਨਾਂ ਦਾ ਮਿਲਣ ਦਾ ਤਾਂ ਨਹੀਂ ਮੌਕਾ ਮਿਲਿਆ, ਪਰ ਸੋਸ਼ਲ ਮੀਡੀਆ 'ਤੇ ਅੱਜ ਕੱਲ੍ਹ ਬਹੁਤ ਕੁਛ ਤੁਹਾਡੇ ਕੋਲ ਆਉਂਦੀ ਹੈ, ਜਾਣਕਾਰੀ ਆਉਂਦੀ ਹੈ, ਨਵੀਆਂ ਨਵੀਆਂ ਚੀਜ਼ਾਂ। ਜਸਵੰਤ ਜ਼ਫਰ ਸਾਹਿਬ ਉਹਨਾਂ ਦੀ ਲਿਖੀ ਮੈਂ ਜ਼ਿਆਦਾ ਕਵਿਤਾ ਪੜ੍ਹੀ ਅਤੇ ਮੇਰਾ ਜੀ ਕੀਤਾ ਮੈਂ ਤੁਹਾਡੇ ਨਾਲ ਸਾਂਝੀ ਕਰਾਂ। ਆਓ ਰਲ ਕੇ ਸਾਰੇ ਅਰਦਾਸ ਕਰੀਏ ਕਿ ਹੋਵੇ ਹੈ ਪਰਮਾਤਮਾ ਦੁਸ਼ਮਣ ਦਾ ਵੀ ਭਲਾ, ਟਲੇ ਗੁਆਂਢੀ ਤੋਂ ਸਦਾ ਕੋਹਾਂ ਦੂਰ ਭਲਾ, ਰੱਖੀ ਮਰਦਿਆਂ ਤੱਕ ਤੂੰ ਸਭ ਦੀ ਉਜਲੀ ਪਾਤਰ, ਤੇਰੇ ਭਾਲੇ ਸ਼ਹਿਨਸ਼ਾਹ ਸੁਖੀ ਵਸੇ ਸਰਬੱਤ। ਸਰਬੱਤ ਦੇ ਭਲੇ ਦੀ ਗੱਲ ਕਰਦਾ ਕਿ ਪੰਜਾਬ ਕਿਸ ਤਰ੍ਹਾਂ ਦਾ ਹੋਵੇ, ਹਰ ਬੰਦਾ ਜੇ ਅਸੀਂ ਬੋਲੀਏ ਨਾ ਬੋਲੀਏ ਚੁੱਪ ਰਹਿੰਦੇ ਹਾਂ, ਕਈ ਵਾਰੀ ਇਹ ਇਨਸਾਨੀ ਫਿਤਰਤ ਆ ਕਿ ਮੈਂ ਕੀ ਲੈਣਾ, ਮੇਰਾ ਘਰ ਠੀਕ ਹੈ। ਪਰ ਜਦੋਂ ਕਹਿੰਦੇ ਆ ਗੁਆਂਢ ਦੇ ਵਿੱਚ ਅੱਗ ਲੱਗੀ ਹੋਵੇ, ਰਾਤ ਦਾ ਘਰ ਥੋੜ੍ਹੀ ਦੇਰ ਬਚ ਥੋੜ੍ਹੀ ਦੇਰ ਹੀ ਬਚਦਾ ਹੁੰਦਾ, ਉਹ ਅੱਗ ਨੇ ਤੁਹਾਡੇ ਘਰ ਵੀ ਪਹੁੰਚਣਾ ਹੀ ਹੁੰਦਾ। ਇੱਕ ਪੰਜਾਬ ਇਸ ਕਵਿਤਾ ਦੇ ਰਾਹੀਂ ਤੁਸੀਂ ਮੈਂ ਸਾਰੇ ਤੇ ਅਰਦਾਸ ਕਰੀਏ ਕਿ ਬਕਾਇਦਾ ਸੀ ਇਸ ਤਰ੍ਹਾਂ ਦਾ ਪੰਜਾਬ ਸਿਰਜ ਸਕੀ। ਮੈਂ ਰਾਜੀ ਹੁੰਦੇ ਪੜ੍ਹੀ ਆ, ਕੋਈ ਇਹਦੀ ਤਰਜ਼ ਨਹੀਂ, ਕੋਈ ਕੁਛ ਨਹੀਂ, ਮੈਂ ਵੈਸੇ ਜੋ ਮੇਰੇ ਜੀ ਜੀ ਮੈਂ ਤੁਹਾਨੂੰ ਲੈਣਾ ਸਾਂਝੀਆਂ ਕਰ ਰਿਹਾ, ਸ਼ਾਇਦ ਤੁਹਾਨੂੰ ਚੰਗੇ ਲੱਗੇ। ਲੈਣਾ ਸੁਣਦਾ ਕਿ ਆਪਣਾ ਪੰਜਾਬ ਹੋਵੇ, ਹੱਥ 'ਚ ਕਿਤਾਬ ਹੋਵੇ, ਖਾਣ ਪੀਣ ਚੰਗਾ ਹੋਵੇ, ਕੋਈ ਬੋਲਦਾ ਨਾ ਮੰਦਾ ਹੋਵੇ, ਬੁਰੇ ਨਸ਼ਿਆਂ ਤੋਂ ਬਚੇ ਤੇ ਸਿਹਤ ਨਾ ਖਰਾਬ ਹੋਵੇ, ਆਪਣਾ ਪੰਜਾਬ ਹੋਵੇ,
ਨਾ ਬੱਚਿਆਂ ਦੇ ਹੋਏ ਹੱਥਾਂ ਚ ਕਿਤਾਬ ਹੋਵੇ ਰੁੱਖਾਂ ਪਸ਼ੂ
ਬੰਦਿਆਂ ਦੀ ਖੈਰ ਹੋਵੇ। ਸਤਲੁਜ ਬੋਲੀ ਪਾਵੇ ਤੇ ਨੱਚਦਾ ਜਨਾਬ ਹੋਵੇ, ਆਪਣਾ ਪੰਜਾਬ ਹੋਵੇ, ਹੱਥਾਂ ਚ ਕਿਤਾਬ ਹੋਵੇ। ਜੀ ਹਾਂ ਗੁਰੂ ਪਿਆਰਿਓ, ਕਿਤੇ ਨਾ ਕਿਤੇ ਸਾਨੂੰ ਆਪ ਸੋਚਣਾ ਚਾਹੀਦਾ ਹੈ। ਜੇਕਰ ਅਸੀਂ ਲਿਖਾਰੀ ਹਾਂ ਸਾਨੂੰ ਆਪ ਸੋਚਣਾ ਚਾਹੀਦਾ, ਜੇਕਰ ਅਸੀਂ ਗਾਇਕ ਹਾਂ ਸਾਨੂੰ ਆਪ ਸੋਚਣਾ ਚਾਹੀਦਾ ਹੈ, ਜੇਕਰ ਅਸੀਂ ਫਿਲਮ ਮੇਕਰ ਜਾਂ ਡਾਇਰੈਕਟਰ ਹਾਂ ਕਿ ਅਸੀਂ ਕਿਹੜੀ ਚੀਜ਼ ਫਿਲਮਾ ਰਹੇ ਹਾਂ, ਕਿਹੜੀ ਚੀਜ਼ ਗਾ ਰਹੇ ਹਾਂ, ਕਿਹੜੀ ਚੀਜ਼ ਲਿਖ ਰਹੇ ਹਾਂ, ਤਾਂ ਇਸ ਦਾ ਸਾਡੀ ਜਵਾਨ ਪੀੜ੍ਹੀ ਉੱਤੇ ਆਉਣ ਵਾਲੀਆਂ ਪਨੀਰੀਆਂ ਉੱਤੇ ਕੀ ਪ੍ਰਭਾਵ ਪਏਗਾ। ਕਿਉਂਕਿ ਜੋ ਚੀਜ਼ਾਂ ਅਸੀਂ ਯੂਟਿਊਬ ਦੇ ਉੱਤੇ ਅੱਜ ਦੀ ਤਰੀਕ ਵਿੱਚ ਪਾ ਜਾਵਾਂਗੇ, ਉਹ ਤਾਂ ਉਮਰ ਉੱਥੇ ਪਈਆਂ ਰਹਿਣੀਆਂ ਨੇ, ਅਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਹ ਚੰਗੀਆਂ ਚੀਜ਼ਾਂ ਪਾਈਏ ਜਿਸ ਤੋਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੋਈ ਚੰਗੀ ਸੇਧ ਮਿਲ ਸਕੇ, ਕੋਈ ਚੰਗੀ ਸਿੱਖਿਆ ਮਿਲ ਸਕੇ, ਨਾ ਕਿ ਉਹ ਉਸ ਤੋਂ ਲੱਚਰਤਾ ਸਿੱਖ ਸਕਣ, ਨਾ ਕਿ ਉਹਨਾਂ ਵੀਡੀਓਜ਼ ਨੂੰ ਦੇਖ ਕੇ ਉਹ ਨਸ਼ੇ ਕਰਨ ਲਈ ਪ੍ਰੇਰਿਤ ਹੋਣ, ਜਾਂ ਗੁੰਡਾਗਰਦੀ ਕਰਨ ਲਈ ਪ੍ਰੇਰਿਤ ਹੋਣ, ਡੌਨ ਬਣਨ ਵਾਸਤੇ ਜਾਂ ਰਫਲਾ ਬੰਦੂਕਾਂ ਚੱਕਣ ਵਾਸਤੇ ਪ੍ਰੇਰਿਤ ਹੋਣ। ਤੁਸੀਂ ਇਸ ਮਸਲੇ ਉੱਤੇ ਕੀ ਸੋਚਦੇ ਹੋ, ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।